ਜ਼ਿਲ੍ਹਾ ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਵੱਲੋਂ ਕਾਬੂ ਕੀਤੇ ਇਹਨਾਂ ਵਿਅਕਤੀਆਂ ਕੋਲ ਇੱਕ ਏਅਰ ਪਿਸਟਲ, ਇੱਕ ਖੰਡਾ, ਇੱਕ ਕਿਰਪਾਨ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ, ਜਦਕਿ ਗਿਰੋਹ ਦੇ 9 ਮੈਂਬਰ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ। DSP ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਦੱਸਿਆ ਕਿ ਥਾਣਾ ਨਿਹਾਲ ਸਿੰਘ ਦੇ ਮੁੱਖ ਅਫਸਰ ਬਿਆਨ ਸਿੰਘ ਪੱਟੀ ਅਤੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਹਨਾਂ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਅਪਰਾਧੀ ਗੈਂਗ ਦੇ ਮੈਂਬਰ ਹਥਿਆਰਾਂ ਨਾਲ ਲੈਸ ਹੋ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਪਿੰਡ ਖੋਟੇ ਦੇ ਕੋਲ ਇੱਕ ਵਿਆਪਾਰ ਭੱਠੇ ਵਿੱਚ ਬੈਠੇ ਲੁੱਟ ਖੋਹ ਦੀ ਤਿਆਰੀ ਕਰ ਰਹੇ ਨੇ। ਜਦ ਪੁਲਿਸ ਵੱਲੋਂ ਗਿਰੋਹ ਨੂੰ ਕਾਬੂ ਕਰਨ ਲਈ ਪਿੰਡ ਖੋਟੇ ਦੇ ਕੋਲ ਵਿਆਪਾਰ ਇੱਟਾਂ ਦੇ ਭੱਠੇ ਦੀ ਛਾਪੇਮਾਰੀ ਕੀਤੀ ਗਈ ਤਾਂ ਮੌਕੇ 'ਤੇ ਪੁਲਿਸ ਨੇ ਸੰਦੀਪ ਸਿੰਘ, ਬੇਅੰਤ ਸਿੰਘ ਉਰਫ ਮੱਟੂ ਅਤੇ ਸਲਮਾਨ ਖਾਨ ਉਰਫ ਖਾਨ ਨੂੰ ਕਾਬੂ ਕਰ ਲਿਆ ਅਤੇ ਗਿਰੋਹ ਦੇ ਬਾਕੀ ਮੈਂਬਰ ਪੁਲਿਸ ਦੇ ਹੱਥ ਨਹੀਂ ਲੱਗੇ। ਗਿਰੋਹ ਦੇ 3 ਮੈਂਬਰਾਂ ਸਣੇ 12 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। DSP ਮਨਜੀਤ ਸਿੰਘ ਨੇ ਦੱਸਿਆ ਕਿ ਇਹਨਾਂ 3 ਗ੍ਰਿਫਤਾਰ ਵਿਅਕਤੀਆਂ ਨੇ ਪੁੱਛਗਿੱਛ ਦੇ ਦੌਰਾਨ ਮੰਨਿਆ ਹੈ ਕਿ ਉਹਨਾਂ ਨੇ ਮਾਣੂਕੇ ਵਿਖੇ ਪੈਟਰੋਲ ਪੰਪ ਦੇ ਚੌਕੀਦਾਰ ਨਾਲ ਮਿਲ ਕੇ ਉਸ ਪੈਟਰੋਲ ਪੰਪ 'ਤੇ ਲੁੱਟ ਖੋਹ ਕੀਤੀ ਸੀ। ਇਸ ਤੋਂ ਇਲਾਵਾ ਧੱਲੇ ਗਏ ਅਤੇ ਸਿੰਘਾਂ ਵਾਲੇ ਵਿਖੇ ਸ਼ਰਾਬ ਦੇ ਠੇਕੇ 'ਤੇ ਲੁੱਟ ਖੋਹ ਕੀਤੀ ਸੀ। ਮਾਣੂਕੇ ਵਿਖੇ ITI ਕੋਲ ਇੱਕ ਨੌਜਵਾਨ ਦੀਆਂ ਲੱਤਾਂ ਤੋੜਨ ਦੀ ਘਟਨਾ ਨੂੰ ਵੀ ਇਹਨਾਂ ਅੰਜਾਮ ਦਿੱਤਾ ਸੀ। 1 ਸਾਲ ਪਹਿਲਾਂ ਪਿੰਡ ਸੰਗਤਪੁਰ ਵਿਖੇ ਲੜਾਈ ਦੌਰਾਨ ਫਾਇਰਿੰਗ ਕਰਨ ਦੀ ਗੱਲ ਵੀ ਇਹਨਾਂ ਨੇ ਕਬੂਲ ਕੀਤੀ ਹੈ। ਇਸ ਤੋਂ ਇਲਾਵਾ ਮੋਬਾਈਲ ਫੋਨ ਖੋਹਣ ਅਤੇ ਮਾਣੂਕੇ ਵਿਖੇ ਸਰਪੰਚ ਦੀ ਗੇਟ ਅਤੇ ਇੱਕ ਹੋਰ ਘਰ ਦੀ ਗੇਟ ਦੀ ਤੋੜਪੰਨ ਕਰਨ ਦੀ ਘਟਨਾ ਵੀ ਇਹਨਾਂ ਨੇ ਕਬੂਲ ਕੀਤੀ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਤੋਂ ਹੋਰ ਵੀ ਬਰੀਕੀ ਨਾਲ ਪੁੱਛਗਿੱਛ ਜਾਰੀ ਹੈ। ਸਾਡੇ ਇਲਾਕਾ ਨਿਹਾਲ ਸਿੰਘ ਵਾਲੇ ਦੇ ਵਿੱਚ ਇੱਕ ਲੁੱਟ ਖੋਹ ਕਰਨ ਵਾਲੇ ਚੋਰ ਗਰੋਹ ਨੇ ਬੜੀ ਅੱਤ ਮਚਾਈ ਹੋਈ ਸੀ, ਜਿਹਦੇ ਮਗਰ ਅਸੀਂ ਕਾਫੀ ਸਮੇਂ ਤੋਂ ਉਹਨਾਂ ਦਾ ਪਿੱਛਾ ਕਰ ਰਹੇ ਸੀ, ਜਿਸ ਦੇ ਅਧੀਨ ਹੀ ਸਾਨੂੰ SHO ਸਾਹਿਬ ਅਤੇ ASI ਕਰਨੈਲ ਸਿੰਘ, SI ਬੇਅੰਤ ਸਿੰਘ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਹ ਲੁਟੇਰਿਆਂ ਦਾ ਚੋਰ ਗਰੋਹ ਪਿੰਡ ਮਾਣੂਕੇ ਵਿਖੇ ਇੱਕ ਤਖਤੂਪੁਰਾ ਮੇਲਾ, ਕਿਉਂਕਿ ਪੁਲਿਸ ਇੱਧਰ ਵਿਅਸਤ ਹੋ ਜਾਣੀ ਸੀ ਅਤੇ ਇਲਾਕਾ ਨਿਹਾਲ ਸਿੰਘ ਵਾਲੇ ਵਿਖੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸੀ, ਜਿਨ੍ਹਾਂ ਦੇ ਵਿੱਚੋਂ ਅਸੀਂ ਮੁਸਤੈਦੀ ਦੇ ਨਾਲ 3 ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਤੋਂ ਬਹੁਤ ਹੀ ਖਤਰਨਾਕ ਕਿਸਮ ਦੇ ਮਾਰੂ ਹਥਿਆਰ ਬਰਾਮਦ ਕੀਤੇ ਗਏ ਆ ਅਤੇ ਬਾਕੀ ਵਿਅਕਤੀ ਉੱਥੋਂ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ, ਜਿਨ੍ਹਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ। ਟੋਟਲ ਕਿੰਨੇ ਬੰਦੇ ਸੀ? ਅਤੇ ਟੋਟਲ ਇਹਦੇ ਵਿੱਚ 9 ਤੋਂ 10 ਦੇ ਲਗਭਗ ਸੀਗੇ ਗੁੰਡੇ ਟਾਈਪ ਲਟੇਰੇ, ਅਤੇ ਇਹਨਾਂ ਨੇ ਜਦੋਂ ਅਸੀਂ ਇਹਨਾਂ ਦੀ ਪੜਤਾਲ ਕੀਤੀ ਤਾਂ ਇਹਨਾਂ ਨੇ 2018 ਦੇ ਵਿੱਚ ਮਾਣੂਕੇ ਵਿਖੇ ਹੀ ਇੱਕ ਪੈਟਰੋਲ ਪੰਪ ਤੋਂ ਲੁੱਟ ਖੋਹ ਕੀਤੀ ਸੀ। ਇਸੇ ਤਰ੍ਹਾਂ ਇੱਕ ਸਰਪੰਚ ਭੋਲਾ ਸਿੰਘ ਆ, ਉਹਦੇ ਘਰ ਦੇ ਵਿੱਚ ਹਮਲਾ ਕੀਤਾ ਸੀ, ਉਹਦੇ ਤਖਤੇ ਵੱਢਤੇ ਸੀ, ਜਿਹਦੇ ਕਰਕੇ ਪਿੰਡ ਬੜਾ ਖੌਫਜਾਤ ਸੀ। ਅਤੇ ਫਿਰ ਇਸੇ ਤਰ੍ਹਾਂ ਇਹਨਾਂ ਨੇ 2018 ਦੇ ਵਿੱਚ ਦਿਵਾਲੀ ਵਾਲੇ ਦਿਨ ਹੀ ਬਾਘਾ ਪੁਰਾਣਾ ਥਾਣੇ ਦੇ ਇੱਕ ਸੰਗਤਪੁਰੇ ਵਿਖੇ ਉੱਥੇ ਵੀ ਆਪਣੇ ਫਾਇਰਿੰਗ ਕੀਤੀ ਸੀ, ਜਿਹਦੇ ਸੰਬੰਧੀ ਇਹਨਾਂ 'ਤੇ 307 ਦਾ ਮੁਕੱਦਮਾ ਦਰਜ ਆ। ਅਤੇ ਫਿਰ ਇਸ ਤਰ੍ਹਾਂ ਇਸੇ ਗਰੋਹ ਨੇ ਹੀ ਇਹਦੇ ਪਿੰਡ ਦੇ ਵਿੱਚ ਇੱਕ ਪਿੰਡ ਦਾ ਨੌਜਵਾਨ ਮਾਣੂਕੇ ਵਿਖੇ ਆਪਦੇ ਪੱਠੇ ਲੈਣ ਸਵੇਰੇ ਜਾ ਰਿਹਾ ਸੀ, ਅਣਪਛਾਤੇ ਵਿਅਕਤੀਆਂ ਨੇ ਉਹਦੀ ਕੁੱਟਮਾਰ ਕਰਕੇ ਦੋਨੇ ਲੱਤਾਂ ਉਹਦੀਆਂ ਤੋੜ ਕੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ, ਅਤੇ ਉਹ ਵੀ ਅਜੇ ਸਾਡਾ ਅਣਸੁਲਝਿਆ ਕੇਸ ਸੀ। ਇਸ ਤੋਂ ਇਲਾਵਾ ਇਹਨਾਂ ਨੇ ਕਾਫੀ ਗਿਣਤੀ ਦੇ ਵਿੱਚ ਮੋਗੇ ਅਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕਿਆਂ ਤੋਂ ਵੀ ਲੁੱਟ ਖੋਹ ਕੀਤੀ, ਹੋਰ ਮੋਟਰਸਾਈਕਲ ਖੋਏ ਸੀ, ਜਿਸ ਸੰਬੰਧੀ ਅਜੇ ਪੜਤਾਲ ਬਰੀਕੀ ਦੇ ਨਾਲ ਜਾਰੀ ਆ। ਹੁਣ ਇਹਨਾਂ ਤੋਂ ਕੀ ਬਰਾਮਦ ਕੀ ਹੋਇਆ? ਹੁਣ ਇਹਨਾਂ ਤੋਂ ਜਿਹੜੇ ਤੇਜ਼ਧਾਰ ਹਥਿਆਰ ਜਿਹਦੇ ਵਿੱਚ ਖੰਡੇ, ਕਿਰਪਾਨਾਂ, ਇੱਕ ਜਾਅਲੀ ਪਿਸਟਲ, 2 ਮੋਟਰਸਾਈਕਲ ਅਤੇ ਹੋਰ ਚੀਜ਼ਾਂ ਇਹਨਾਂ ਤੋਂ ਮੌਕੇ ਤੋਂ ਬਰਾਮਦ ਹੋਈਆਂ। ਹੁਣ 3 ਜਣੇ ਫੜੇ ਗਏ ਨੇ? ਹਾਂ, ਹੁਣ 3 ਜਣੇ ਫੜੇ ਗਏ। ਕਾਰਵਾਈ ਕੀ ਅਮਲ 'ਚ ਲਿਆ? ਇਹਨਾਂ ਦੇ ਬਰਖਿਲਾਫ਼ ਅਸੀਂ ਮੁਕੱਦਮਾ ਨੰਬਰ 5
ਮਿਤੀ 16/1/2020 ਅੰਡਰ ਸੈਕਸ਼ਨ 399 402 ਹੋਰ ਐਰਾ ਵਗੈਰਾ ਧਾਰਾ ਦੇ ਅਧੀਨ ਦਰਜ ਕੀਤਾ ਗਿਆ ਹੈ। ਆਵਾਜ਼ੀ ਕੌਮ ਟੀਵੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।